ਇਹ ਚੀਜ਼ਾਂ ਸੱਚੀ ਨੇ ਲੋਕਾਂ ਨੂੰ ਆਇਆ ਲੱਗਦਾ ਕਿ ਯੋਗਾ ਕੁਛ ਹੈ ਇਹ ਯੋਗਾ ਨਹੀਂ ਹੋ ਸਕਦਾ ਇੰਨਾ ਬਜਟ ਇੰਨਾ ਬਜਟ ਹੈ ਨਹੀਂ ਨਿਕਲਦਾ ਕਿਸੇ ਨੂੰ ਸੋ ਦਲਜੀਤ ਬਾਈ ਮੇਰਾ ਜਸਟ ਆ ਪੁੱਛਣ ਦਾ ਰੀਜ਼ਨ ਸੀਗਾ ਅਕਸਰ ਹੀ ਦਿਲਜੀਤ ਦੋਸਾਂਜ ਆਪਣੇ ਲਾਈਵ ਸ਼ੋਅ ਦੇ ਵਿੱਚ ਕੁਝ ਕੁ ਸਾਈਨ ਜੇ ਬਣਾਉਂਦਾ ਹੁੰਦਾ ਲਿਊਮਿਨਾਟੀ ਦੇ ਜੋ ਫੋਟੋਸ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਤੇ ਨਾਲ ਦੀ ਨਾਲ ਇਹ ਫੋਟੋਸ ਵਗੈਰਾ ਨੂੰ ਵੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਸ਼ੇਅਰ ਕਰਦਾ ਰਹਿੰਦਾਗਾ ਸੋ ਜਿਸ ਤੋਂ ਬਾਅਦ ਲੋਕ ਨੇ ਜਿਹੜੀ ਕਿ ਦਿਲਜੀਤ ਦੋਸਾਂਜ ਨੂੰ ਕਹਿੰਦੇ ਨੇ ਕਿ ਤੂੰ ਲਿਊਮਿਨਾਟੀ ਦਾ ਮੈਂਬਰ ਆਂਗਾ ਤੂੰ ਆਪਣੀ ਆਤਮਾ ਜਿਹੜੀ ਕਿ ਆਪਣੀ ਸੋਲ ਆ ਜਿਹੜੀ ਕਿ ਉਹ ਸ਼ੈਤਾਨ ਨੂੰ ਬੇਚ ਦਿੱਤੀ ਆ ਤਾਂ ਕਰਕੇ ਤੂੰ ਇੰਨਾ ਇੱਕਦਮ ਫੇਮਸ ਹੋ ਗਿਆ ਸੋ ਜਿਹਦੇ ਚੱਲਦਿਆ ਹੁਣ ਨਸੀਬ ਨੇ ਦਿਲਜੀਤ ਦੋਸਾਂਜ ਦੀ ਲੇਟੈਸਟ ਪੋਸਟ ਤਾਕੀ ਤੂੰ ਦੱਸ ਕਿ ਆਪਣੀ ਆਤਮਾ ਨੂੰ ਕਿੰਨੇ ਦੇ ਵਿੱਚ ਵੇਚਿਆਗਾ ਜਨਤਾ ਤੇਰੇ ਤੋਂ ਜਵਾਬ ਮੰਗਦੀ ਹੈ ਜੋ ਕਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਪੜ੍ਹ ਸਕਦੇ ਹੋ ਤੇ ਨਾਲ ਦੀ ਨਾਲ ਕੁਝ ਕੁ ਸਟੋਰੀਆਂ ਵੀ ਸਾਂਝੀਆਂ ਕੀਤੀਆਂ ਨੇ ਦਲਜੀਤ ਦੋਸਾਂਝ ਬਾਰੇ ਸੋ ਬਹੁਤ ਸਾਰੇ ਲੋਕ ਤਾਂ ਇੱਥੇ ਨਸੀਬ ਨੂੰ ਹੀ ਗਲਤ ਕਹਿੰਦੇ ਪੈਣੇ ਕਿ ਤੂੰ 2-3 ਮਹੀਨੇ ਬਾਅਦ ਕਿਸੇ ਨਾ ਕਿਸੇ ਫੇਮਸ ਸਿੰਗਰ ਬਾਰੇ ਜਾਂ ਫੇਮਸ ਬੰਦੇ ਬਾਰੇ ਆ ਕੇ ਬੋਲਣ ਲੱਗ ਜਾਣਾ ਕਿਉਂਕਿ ਅੱਜ ਤੋਂ ਕੁਝ ਕੁ ਟਾਈਮ ਪਹਿਲਾਂ ਨਸੀਬ ਨੇ ਸਿੱਧੂ ਮੂਸੇਵਾਲੇ ਬਾਰੇ ਵੀ ਬੋਲਿਆ ਸੀ ਤੇ ਨਾਲ ਦੀ ਨਾਲ ਅਣਮੋਲ ਕਵਾਤਰਾ ਬਾਰੇ ਵੀ ਬੋਲਿਆ ਸੀ ਤੇ ਹੁਣ ਦਲਜੀਤ ਦੋਸਾਂਝ ਬਾਰੇ ਕੋ ਲਿਆ ਜਾ ਰਿਹਾ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਇੱਥੇ ਨਸੀਬ ਗਲਤ ਆ ਜਾਂ ਦਲਜੀਤ ਦੋਸਾਂਝ ਕਿਉਂਕਿ ਲੋਕ ਦਲਜੀਤ ਦੋਸਾਂਝ ਨੂੰ ਲਿਉਮਿਨੇਟੀ ਦਾ ਮੈਂਬਰ ਸਮਝਦੇ ਨੇ ਰੱਬ ਰਾਖਾ